ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਟੀਵੀ ਮੈਂ ਬਰਨ ਕਾਨਮਾਨ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ 22 ਜੱਟ ਨੂੰ ਝਟਕਾ ਡੀਜੀਸੀਏ ਨੇ 31 ਅਕਤੂਬਰ ਤੱਕ ਵਿਦਾਈ ਰੋਕ ਕੇਵਲ 50% ਦੀ ਉਡਾਣਾਂ ਹੀ ਚੱਲਣਗੀਆਂ ਪੰਜਾਬੀ ਵਕੀਲ ਦੇ ਕਲਾਇੰਟਸ ਨੂੰ ਡਿਪੋਰਟ ਕਰੇਗੀ ਕੈਨੇਡਾ ਸਰਕਾਰ ਟਰੂਡੋ ਤੇ ਵਾਈਡਨ ਨੂੰ ਮੇਅਰਜ਼ ਅਤੇ ਐਮਪੀਜ਼ ਨੇ ਲਿਖੀ ਖੁੱਲੀ ਚਿੱਠੀ ਕੈਨੇਡਾ ਅਮਰੀਕਾ ਸਰਹੱਦ ਤੇ ਲੱਗੀਆਂ कोरोना پابندیاں نو جلد ਤੋਂ جلد ਹਟਾਏ ਜਾਣ ਦੀ ਮੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੂਤਵਾਸ ਤਿੰਨ ਹਜ਼ਾਰ ਭਾਰਤੀ ਸ਼ਰਧਾਲੂਆਂ ਨੂੰ ਦੇਵੇਗਾ 10 ਦਿਨਾਂ ਦਾ ਵੀਜ਼ਾ ਮੁੱਦੇ ਮੂਹ ਡਿੱਗਾ ਰੁਪਈਆ ਭਾਰਤੀ ਰੰਸੀ ਆਪਣੇ ਹੁਣ ਤੱਕ ਦੇ ਸਭ ਤੋਂ ਹਿੰਟਲੇ ਪੱਧਰ ਤੇ ਯੂਕਰੇਨ ਜੰਗ ਤੇ ਅਮਰੀਕਾ ਦਾ ਬਿਆਨ ਰੂਸ ਦੇ ਜਵਾਨ ਫੌਜ ਵਿੱਚ ਸ਼ਾਮਲ ਹੋਣ ਲਈ ਨਹੀਂ ਤਿਆਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਨਾਗਰਿਕ ਹਵਾ ਵਾਜ਼ੀ ਡਾਇਰੈਕਟੋਰੇਟ ਜਰਨਲ ਨੇ ਸਪਾਈਸ ਜੱਟ ਤੇ ਲਗਾਈ ਪਾਬੰਦੀ ਨੂੰ 29 ਅਕਤੂਬਰ ਤੱਕ ਵਧਾ ਦਿੱਤਾ ਹੈ 에ਅਰਲਾਈਨਜ਼ ਹੁਣ 29 ਅਕਤੂਬਰ 2022 ਤੱਕ 50% ਦੀ ਉਡਾਣਾਂ ਨਾਲ ਸੰਚਾਲਨ ਕਰੇਗੀ ਇਸ ਦੇ ਨਾਲ ਹੀ ਡੀਜੀਸੀਏ ਨੇ ਨੋਟ ਕੀਤਾ ਹੈ ਕਿ ਸੁਰੱਖਿਆ ਘਟਨਾਵਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਕਮੀ ਆਈ ਹੈ 27 ਜੁਲਾਈ ਨੂੰ ਡੀਜੀਸੀਏ ਨੇ ਸਪਾਈਸ ਜੱਟ ਦੇ ਜਹਾਜ਼ਾਂ ਦੀ ਲਗਾਤਾਰ ਤਕਨੀਕੀ ਖਰਾਬੀਆਂ ਕਾਰਨ ਕਾਰਵਾਈ ਕਰਦੇ ਹੋਏ 8 ਹਫਤਿਆਂ ਲਈ 50% ਦੀ ਉਡਾਣਾਂ ਤੇ ਪਾਬੰਦੀ ਲਗਾ ਦਿੱਤੀ ਸੀ ਡੀਜੀਸੀਏ ਨੇ ਕਿਹਾ ਸੀ ਕਿ 에ਅਰਲਾਈਨਸ ਨੂੰ ਇਹਨਾਂ 8 ਹਫਤਿਆਂ ਲਈ ਬਾਦੂ ਨਿਗਰਾਨੀ ਹਿੰਟ ਰੱਖਿਆ ਜਾਏਗਾ ਹੁਕਮ ਜਾਰੀ ਕਰਦੇ ਹੋਏ ਡੀਜੀਸੀਏ ਨੇ ਕਿਹਾ ਸੀ ਕਿ ਜੇਕਰ ਸਪਾਈਸ ਜੈਟ 에ਅਰਲਾਈਨ ਭਵਿਕ ਵਿੱਚ 50% ਦੀ ਤੋਂ ਵੱਧ ਉਡਾਣਾਂ ਚਾਹੁੰਦੀ ਹੈ ਤਾਂ ਉਸ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਸ ਕੋਲ ਇਸ ਬਾਦੂ ਭਾਰ ਨੂੰ ਚੁੱਕਣ ਦੀ ਸਮਰੱਥਾ ਹੈ ਸਪਾਈਸ ਜੈਟ ਕੰਪਨੀ ਕੋਲ ਕੁੱਲ 90 ਜਹਾਜ਼ ਨੇ ਹਾਲਾਂਕਿ ਡੀਜੀਸੀਏ ਨੇ ਆਦੇਸ਼ ਤਬਾਦ ਕੰਪਨੀ ਸਿਰਫ 50 ਜਹਾਜ਼ਾਂ ਦਾ ਸੰਚਾਲਨ ਕਰਨ ਦੇ ਯੋਗ ਹੈ ਇਸ ਫੈਸਲੇ ਨਾਲ 에ਅਰਲਾਈਨ ਕੰਪਨੀ ਸਪਾਈਸ ਜੈਟ ਦੀ ਵਿੱਤੀ ਹਾਲਤ ਵੀ ਪ੍ਰਭਾਵਿਤ ਹੋਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਆਪਣੇ 80 ਪਾਇਲਟਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ਤੇ ਭੇਜ ਦਿੱਤਾ ਹਾਲ ਹੀ ਵਿੱਚ ਸਪਾਈ ਗੇਟ ਤੇ ਡੀਜੀਸੀਏ ਦੀ ਸਖਤੀ ਤੋਂ ਬਾਅਦ ਇਸ ਵਿੱਤੀ ਸਥਿਤੀ ਖਰਾਬ ਹੋ ਗਈ ਹੈ ਸਪਾਈਸ ਜੈਟ ਨੇ ਅਸੀਂ ਪਾਇਲਟਾਂ ਨੂੰ 3 ਮਹੀਨਿਆਂ ਦੀ ਤਨਖਾਹ ਤੋਂ ਬਿਨਾਂ ਛੁੱਟੀ ਤੇ ਭੇਜਣ ਦਾ ਫੈਸਲਾ ਕੀਤਾ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਿਨਾਂ ਤਨਖਾਹ ਦੇ ਛੁੱਟੀ ਤੇ ਗਏ ਪਾਇਲਟਾਂ ਵਿੱਚੋਂ 40 ਪਾਇਲਟ ਜਹਾਜ਼ ਨੰਬਰ B737 ਦੇ ਅਤੇ 40 ਪਾਇਲਟ Q400 ਦੇ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਕੈਨੇਡਾ ਵਿੱਚ ਪਨਾਹ ਦੇ ਦਾਅਵੇ ਦਾਖਲ ਕਰਵਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਇਮੀਗ੍ਰੇਸ਼ਨ ਵਕੀਲ ਬਲਰਾਜ ਰੌਜ਼ਰ ਪੱਟੀ ਦੇ ਕਲਾਇੰਟ ਦੀ ਵੀ ਹੁਣ ਖੈਰ ਨਹੀਂ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬਲਰਾਜ ਪੱਟੀ ਰਾਹੀਂ ਆਏ ਕੇਸਾਂ ਦੀ ਪੜਤਾਲ ਆਰੰਭ ਕਰ ਦਿੱਤੀ ਹੈ ਅਤੇ ਇਹਨਾਂ ਸਬਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬਲਰਾਜ ਰੌਦਰ ਪੱਟੀ ਨੂੰ ਧੋਖਾਧੜੀ ਅਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਦੋਸ਼ ਹੇਠ 22 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ। 63 ਸਾਲ ਦੇ ਬਲਰਾਜ ਸਿੰਘ ਰੌਦਰ ਪੱਟੀ ਵਿਰੁੱਧ 2 ਸਾਲ ਪਹਿਲਾਂ ਵਿਦੇਸ਼ੀ ਨਾਗਰਿਕਾ ਨਾਲ ਗੁਣਤੱਪ ਤਹਿਤ ਪਨਾ ਦੇ ਫਰਜ਼ੀ ਦਾਅਵੇ ਦਾਖਲ ਕਰਨ ਦੇ ਦੋਸ਼ ਲੱਗੇ ਜਿਸ ਮਗਰੋਂ ਬ੍ਰਿਟਿਸ਼ ਕੋਲੰਬੀਆ ਦੀ ਲਾ ਸੋਸਾਇਟੀ ਬਲਰਾਜ ਰੌਜ਼ਰ ਪੱਟੇ ਨੂੰ ਮੁਤਲ ਕਰ ਦਿੱਤਾ ਦੁਨੀਆ ਦੇ ਹੋਰ ਮੁਲਕਾਂ ਵਾਂਗ ਕੈਨੇਡਾ ਤੇ ਅਮਰੀਕਾ ਵਿੱਚ ਵੀ ਕਰੋਨਾ ਦੇ ਕੇਸਾਂ ਦੀ ਗਿਣਤੀ ਅਤੇ ਲੋਕਾਂ ਦੇ ਮਨਾਂ ਮਗਜੋਂ ਇਹ ਮਹਾਮਾਰੀ ਦਾ ਖੌਫ ਬਿਲਕੁਲ ਘਟਦਾ ਜਾ ਰਿਹਾ। ਇਸ ਦੇ ਚੱਲਦਿਆਂ ਇਨ੍ਹਾਂ ਦੋਵਾਂ ਮੁਲਕਾਂ ਦੇ ਐਮਪੀਜ਼ ਅਤੇ ਸਰਹੱਦੀ ਸ਼ਹਿਰਾਂ ਦੇ ਮੇਅਰਜ਼ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਨੂੰ ਇੱਕ ਖੁੱਲੀ ਚਿੱਠੀ ਲਿਖੀ ਹੈ ਜਿਸ ਵਿੱਚ ਕੈਨੇਡਾ ਅਮਰੀਕਾ ਸਰਹੱਦ ਤੇ ਲੱਗੀਆਂ ਕਰੋਨਾ ਪਾਬੰਦੀਆਂ ਨੂੰ ਜਲਦ ਤੋਂ ਜਲਦ ਹਟਾਏ ਜਾਣ ਦੀ ਮੰਗ ਕੀਤੀ ਗਈ। ਇਸ ਖੁੱਲੀ ਚਿੱਠੀ ਬਾਰੇ ਜਾਣਕਾਰੀ ਦਿੰਦਿਆਂ ਨਿਆਗਰਾ ਫਾਲਸ ਤੇ ਮੇਅਰ ਜੇਮ ਡਾਇਓ ਡੋਟੀ ਨੇ ਕਿਹਾ ਕਿ ਕੈਨੇਡਾ ਅਮਰੀਕਾ ਸਰਹੱਦ ਵਪਾਰਕ ਕਾਰੋਬਾਰ ਨੂੰ ਮੱਦੇ ਨਜ਼ਰ ਰੱਖਦਿਆਂ ਬਹੁਤ ਮਾਇਨੇ ਰੱਖਦੀ ਹੈ ਦੋਵਾਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ ਵਿੱਚ ਵਸਦੇ ਲੋਕਾਂ ਦੀ ਇਸੇ ਸਰਹੱਦ ਰਾਹੀਂ ਰੋਜ਼ੀ ਰੋਟੀ ਚੱਲਦੀ ਹੈ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਤੋਂ 53ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਪਾਕਿਸਤਾਨ ਦੇ ਲਾਹੌਰ ਵਿੱਚ ਇਸ ਨੂੰ ਲੈ ਕੇ ਰਾਸ਼ਟਰੀ ਪੱਧਰ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਇਸ ਸਾਲ 8000 ਵਿਦੇਸ਼ੀ ਸ਼ਰਦਾਲੂਆਂ ਨੂੰ ਵੀਜ਼ਾ ਦੇਣ ਦਾ ਫੈਸਲਾ ਲਿਆ ਗਿਆ ਤਾਂ ਜੋ ਦੁਨੀਆ ਭਰ ਤੋਂ ਸ਼ਰਦਾਲੂ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਵਿਚਨਤਮਸਤਕ ਹੋ ਸਕਣ ਮਿਲੀ ਜਾਣਕਾਰੀ ਦੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਪ ਦੀਆਂ ਤਿਆਰੀਆਂ ਨੂੰ ਲੈ ਕੇ ਲਾਹੌਰ ਵਿੱਚ ਬੁલાਏ ਗਏ ਮੀਟਿੰਗ ਦੀ ਪ੍ਰਧਾਨਗੀ ਮਤੂਕਾ ਬਕਫ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਹਬੀਬੁਰ ਰਹਿਮਾਨ ਗਿਲਾਨੀ ਨੇ ਕੀਤੀ ਇਸ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਬੋਰਡ ਦੇ ਉਪਸਕੱਤਰ ਸ਼ਰੀਨ ਸਾਫੁੱਲਾ ਖੌਫਰ ਤੇ ਇਲਾਵਾ ਪਾਕਿਸਤਾਨ ਰੇਂਜਰਾ ਅਤੇ ਪਾਕਿਸਤਾਨ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਸਿਹਤ ਵਿਭਾਗ ਦੇ ਅਧਿਕਾਰੀ ਰੇਲਵੇ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਭਾਰਤ ਤੋਂ ਆਉਣ ਵਾਲੇ ਸਰਦਾਲੂਆਂ ਦਾ ਅਟਾਰੀ ਵਾਗਾ ਸਰਹੱਦ ਤੇ ਸਵਾਗਤ ਕੀਤਾ ਜਾਏਗਾ ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਪਾਕਿਸਤਾਨ 8000 ਵਿਦੇਸ਼ੀ ਸਿੱਖ ਸਰਦਾਲੂਆਂ ਨੂੰ ਵੀਜ਼ਾ ਦੇਣ ਜਾ ਰਿਹਾ ਹੈ ਇਨ੍ਹਾਂ ਵਿੱਚੋਂ 3000 ਸ਼ਰਧਾਲੂ ਭਾਰਤ ਤੋਂ ਅਤੇ 5000 ਵਿਸ਼ਵ ਭਰ ਤੋਂ ਹੋਣਗੇ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਵਸੇ 14000 ਸਿੱਖ ਸ਼ਰਧਾਲੂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ। ਮੀਟਿੰਗ ਵਿੱਚ ਦੱਸਿਆ ਗਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ 10 ਦਿਨਾਂ ਦਾ ਵੀਜ਼ਾ ਦਿੱਤਾ ਜਾਏਗਾ ਜੋ ਕਿ 6 ਨਵੰਬਰ ਤੋਂ ਸ਼ੁਰੂ ਹੋਏਗਾ। ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਅਟਾਰੀ ਵਾਗਾ ਸਰਹੱਦ ਤੇ ਸਵਾਗਤ ਕੀਤਾ ਜਾਏਗਾ। 10 ਦਿਨਾਂ ਵਿੱਚ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਇਲਾਵਾ ਪੰਜਾ ਸਾਹਿਬ ਤਾਰਪੁਰ ਸਾਹਿਬ ਆਦ ਗੁਰਦੁਆਰਾ ਸਾਹਿਬ ਦੇ ਵਿਦਰਸ਼ਨ ਕਰਨਗੇ ਸ਼ੁਰੂਆਤੀ ਵਪਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 51 ਪੈਸੇ ਫਿਸਲ ਕੇ 80.47 ਦੇ ਸਭ ਤੋਂ ਹੇਠਲੇ ਪੱਧਰ ਤੇ ਆ ਗਿਆ ਜਿਸ ਨਾਲ ਨਿਵੇਸ਼ਕ ਭਾਵਨਾਵਾਂ ਤੇ ਭਾਰ ਪਿਆ ਕਿਉਂਕਿ ਅਮਰੀਕੀ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਅਤੇ ਮਜ਼ਬੂਤ ਰੁਖ ਜਾਰੀ ਰੱਖਣ ਦਾ ਸਪਸ਼ਟ ਸੰਕੇਤ ਦਿੱਤਾ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਈਆ ਡਾਲਰ ਦੇ ਮੁਕਾਬਲੇ 80.47 ਤੇ ਕਾਰੋਬਾਰ ਕਰ ਰਿਹਾ ਸੀ ਜੋ ਪਿਛਲੀ ਬੰਦ ਕੀਮਤ ਦੇ ਮੁਕਾਬਲੇ 51 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ ਵੀਰਵਾਰ ਨੂੰ ਰੁਪਈਆ 80.27 ਤੇ ਖੁੱਲਿਆ ਅਤੇ ਸ਼ੁਰੂਆਤੀ ਸੌਦਿਆਂ 'ਚ 80.47 ਦੇ ਰਿਕਾਰਡ ਹੇੰਟਲੇ ਪੱਧਰ ਨੂੰ ਛੂ ਗਿਆ। ਫੋਰੈਕਸ ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰ ਸਮਾਰਿਕੀ ਡਾਲਰ ਦੀ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਾ ਸਥਾਨਕ ਮੁਦਰਾ 'ਤੇ ਅਸਰ ਪਿਆ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਜ਼ਬੂਤੀ ਅਤੇ ਨਿਵੇਸ਼ਕਾਂ ਦੀ ਜੋਖਮ ਨਾ ਲੈਣ ਦੀ ਪ੍ਰਵਿਰਤੀ ਨੇ ਵੀ ਰੁਪਏ ਨੂੰ ਪ੍ਰਭਾਵਿਤ ਕੀਤਾ ਹੈ। ਬੁੱਧਵਾਰ ਨੂੰ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 22 ਪੈਸੇ ਟੁੱਟ ਕੇ 79.96 ਪੱਧਰ 'ਤੇ ਬੰਦ ਹੋਇਆ। ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 0.75% ਬਤਾ ਦਿੱਤੀਆਂ ਨੇ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜ਼ੋਰਮ ਪਾਵੈਲ ਕਿ ਹਾਂ ਕਿ ਮਹਿੰਗਾਈ ਨਾਲ ਸਖਤੀ ਨਾਲ ਨਜਿੱਠਿਆ ਜਾਏਗਾ ਰੂਸੀ ਫੌਜ ਵਿੱਚ ਨਵੇਂ ਸੈਨਿਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਇਸ ਦਾ ਮੁੱਖ ਕਾਰਨ ਯੂਕਰੇਨ ਜੰਗ ਹੈ ਇਹ ਦਾਵਾ ਅਮਰੀਕੀ ਫੌਜ ਦੇ ਇੱਕ ਅਧਿਕਾਰੀ ਨੇ ਕੀਤਾ ਇਸ ਅਧਿਕਾਰੀ ਮੁਤਾਬਕ ਰੂਸੀ ਸੈਨਿਕ ਹੁਣ ਯੂਕਰੇਨ ਵਿੱਚ ਟਿਕ ਨਹੀਂ پا ਰਹੇ ਉਹਨਾਂ ਨੂੰ ਖਾਰਕੀ ਤੋ ਵੀ ਕੱਢ ਦਿੱਤਾ ਗਿਆ ਸੀ ਯੂਕਰੇਨ ਦੀ ਫੌਜ ਨੇ ਪਿਛਲੇ ਕੁਝ ਦਿਨਾਂ ਤੋਂ ਹੋਰ ਸ਼ਹਿਰਾਂ ਨੂੰ ਵੀ ਆਜ਼ਾਦ ਕਰਾਇਆ ਇਸ ਕਾਰਨ ਨੌਜਵਾਨ ਫੌਜ ਵਿੱਚ ਭਰਤੀ ਨਹੀਂ ਹੋਣਾ ਚਾਹੁੰਦੇ ਦੂਜੇ ਪਾਸੇ ਕੁਝ ਰਿਪੋਰਟਾਂ ਚ ਵੀ ਦਾਵਾ ਕਰ ਰਹੀਆਂ ਨੇ ਕਿ ਮੌਜੂਦਾ ਰੂਸੀ ਸੈਨਿਕ ਹੁਣ ਇਸ ਜੰਗ ਵਿੱਚ ਲੜਨ ਤੋਂ ਝਿਜਕ ਰਹੇ ਨੇ ਇੱਕ ਪ੍ਰੀਕੀ ਅਧਿਕਾਰੀ ਮੁਤਾਬਕ ਵੈਗਨਰਰ ਗਰੁੱਪ ਦੇ ਨੇਤਾ ਨੇ ਕਿਹਾ ਹੈ ਕਿ ਮੀਡੀਆ ਦੇ ਵਿੱਚ ਅਪਲੋਡ ਕੀਤੀ ਇੱਕ ਵੀਡੀਓ ਵੀ ਹੈ ਸੋਸ਼ਲ ਮੀਡੀਆ ਤੇ ਇੱਥੇ ਉਸਨੇ ਤਾਜ਼ੀਕੀਆਂ ਬੈਲਾਰੂਸੀਆ ਤੇ ਆਰਮੇਨੀਆਂ ਨੂੰ ਯੂਕਰੇਨ ਵਿੱਚ ਰੂਸ ਦੇ ਪੱਖ ਵਿੱਚ ਲੜਨ ਦੀ ਪੇਸ਼ਕਸ਼ ਕੀਤੀ ਹੈ ਵੈਗਨਰ ਨੇ ਇੱਕ ਮੁਹਿੰਮ ਚਲਾਈ ਸੀ ਜਿਸ ਵਿੱਚ ਉਹ ਰੂਸੀ ਫੌਜ ਵਿੱਚ 1500 ਸਿਪਾਈਆਂ ਦੀ ਭਰਤੀ ਕਰਨਾ ਚਾਹੁੰਦਾ ਸੀ ਕਈਆਂ ਨੇ ਇਨਕਾਰ ਕਰ ਦਿੱਤਾ ਅਮਰੀਕਾ ਦੇ ਤਿੰਨ ਪ੍ਰਭਾਵਸ਼ਾਲੀ ਸੰਸਦਾਂ ਨੇ ਕਿਹਾ ਹੈ ਕਿ ਇੱਕ ਮਜ਼ਬੂਤ ਭਾਰਤ ਦਾ ਮਤਲਬ ਇੱਕ ਮਜ਼ਬੂਤ ਅਮਰੀਕਾ ਹੈ। ਉਹਨਾਂ ਨੇ ਅਜਿਹੇ ਸਮੇਂ ਵਿੱਚ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਜਤਾਈ। ਜਦੋਂ ਦੁਨੀਆ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਅਮਰੀਕੀ ਸੰਸਦਾਂ ਨੇ ਭਾਰਤ ਦੇ ਕੇਂਦਰੀ ਵਿਗਿਆਨ ਅਤੇ ਤਕਨੀਕੀ ਮੰਤਰੀ ਜਤਿੰਦਰ ਸਿੰਘ ਦੇ ਸਨਮਾਨ 'ਚ ਵਾਸ਼ਿੰਗਟਨ ਸਥਿਤ ਭਾਰਤੀ ਦੂਤਕਰ ਵੱਲੋਂ ਆਯੋਜਿਤ ਇੱਕ ਸਮਾਗਮ 'ਤੇ ਟਿੱਪਣੀ ਕੀਤੀ। ਵਿਗਿਆਨ ਪੁਲਾਰ ਅਤੇ ਤਕਨੀਕੀ ਕਮੇਟੀ ਦੇ ਉਪ ਪ੍ਰਧਾਨ ਅਤੇ ਸੀਨੀਅਰ ਸੰਸਦ ਹੈਲੀ ਸਟੀਵਨਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇੱਕ ਮਜ਼ਬੂਤ ਭਾਰਤ ਦਾ ਮਤਲਬ ਇੱਕ ਮਜ਼ਬੂਤ ਅਮਰੀਕਾ ਹੈ। ਉਹਨਾਂ ਨੇ ਕਿਹਾ ਕਿ ਜਲਵਾਯੂ ਬਦਲਾਅ ਤੋਂ ਲੈ ਕੇ ਮਹਾਮਾਰੀ ਤੱਕ ਜੋਖਮ ਭਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਵੱਡੇ ਭਗੌਲਿਕ ਖੇਤਰ ਵਾਲੇ ਦੋ ਲੋਕਤੰਤਰ ਦੇਸ਼ਾਂ ਦੇ ਰੂਪ ਵਿੱਚ ਸਾਡੇ ਹਾਲਾਤ ਜਿਨ੍ਹਾਂ ਨੂੰ ਅਸੀਂ ਮੌਕਿਆਂ 'ਚ ਬਦਲ ਸਕਦੇ ਹਾਂ, ਚੁਣੌਤੀਆਂ ਜੋ ਉੱਦਮਸ਼ੀਲਤਾ ਦੇ ਮੌਕੇ ਪੈਦਾ ਕਰਦੀਆਂ ਨੇ ਇਸ ਲਈ ਮੈਂ ਭਾਰਤ-ਅਮਰੀਕਾ ਵਿਚਾਲੇ ਮਜ਼ਬੂਤ ਰਿਸ਼ਤਿਆਂ 'ਚ ਯਕੀਨ ਕਰਦੀ ਹਾਂ। ਨਿਊਯਾਰਕ ਪੁਲਿਸ ਨੇ ਰਿਚਮੰਡ ਹਿੱਲ ਵਿੱਚ ਹਿੰਦੂ ਮੰਦਿਰ ਅਤੇ ਮਹਾਤਮਾ ਗਾਂਧੀ ਦੇ ਬੁੱਤ ਤੇ ਹਮਲਾ ਕਰਨ ਦੇ ਦੋਸ਼ ਵਿੱਚ ਪੰਜ ਸ਼ੱਕੀਆਂ ਵਿੱਚੋਂ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਭਾਰਤੀ ਮੋਹਨਦੇਵ ਸੁਖਪਾਲ ਸਿੰਘ ਵਜੋਂ ਹੋਈ ਹੈ ਅਗਸਤ ਮਹੀਨੇ ਵਿੱਚ ਵਾਪਰੀਆਂ ਇਹਨਾਂ ਦੋਨਾਂ ਘਟਨਾਵਾਂ ਦੇ ਮਾਮਲੇ ਵਿੱਚ ਅਜੇ ਚਾਰ ਸ਼ੱਕੀ ਪੁਲਿਸ ਦੀ ਹਿਰਾਸਤ 'ਚੋਂ ਬਾਹਰ ਨੇ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਬੀਤੇ 3 ਅਗਸਤ ਅਤੇ 16 ਅਗਸਤ ਨੂੰ ਸਾਊਥ ਰਿਚਮੰਡ ਹਿੱਲ ਵਿੱਚ ਤੁਲਸੀ ਮੰਦਿਰ ਅਤੇ ਮਹਾਤਮਾ ਗਾਂਧੀ ਦੇ ਬੁੱਤ ਤੇ ਹਮਲਾ ਹੋਇਆ ਸੀ ਇਸ ਦੌਰਾਨ ਸ਼ਰਾਰਤੀ ਅੰਤਰਾ ਜਿੱਥੇ ਮੰਦਰ ਵਿੱਚ ਤੋੜਪਾਂ ਕੀਤੀ ਉੱਥੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਨੁਕਸਾਨ ਪਹੁੰਚਾਇਆ ਸੀ ਹਮਾਰੇ ਕਾਂਚ ਕਰੋਨਾ ਵਾਇਰਸ ਮਹਾਮਾਰੀ ਰਾਹਤ ਪ੍ਰੋਗਰਾਮ ਚ ਵੱਡੇ ਪੱਧਰ ਉਪਰ ਕਥਿਤ ਕਪਲੇਵਾਜ਼ੀ ਸਾਹਮਣੇ ਆਈ ਹੈ ਸੰਘੀ ਅਧਿਕਾਰੀਆਂ ਨੇ ਕਰੋਨਾ ਵਾਇਰਸ ਮਹਾਮਾਰੀ ਰਾਹਤ ਪ੍ਰੋਗਰਾਮ ਚ ਬੇਈਮਾਨੀ ਨਾਲ 25 ਕਰੋੜ ਡਾਲਰ ਕੜਵਾਉਣ ਦੇ ਮਾਮਲੇ ਚ 47 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਨੇ ਇਹਨਾਂ ਲੋਕਾਂ ਨੇ ਮਹਾਮਾਰੀ ਦੌਰਾਨ ਬੱਚਿਆਂ ਨੂੰ ਖਾਣਾ ਮਹੱਈਆ ਕਰਵਾਉਣ ਦੇ ਨਾਂ ਤੇ ਠੱਗੀ ਮਾਰੀ ਇਹ ਠੱਗੀ ਮਾਰਨ ਦਾ ਮਾਮਲਾ ਮੀਨੇਸੋਟਾ ਰਾਜ ਵਿੱਚ ਸਾਹਮਣੇ ਆਇਆ ਚੀਫ ਫੈਡਰਲ ਪ੍ਰੋਸਕਿਊਟਰ ਮੀਨੇਸੋਟਾ ਯੂਐਸ ਅਟਾਰਨੀ ਐਂਡਰਿਊ ਆਰਮ ਲੂਗਰ ਨੇ ਕਿਹਾ ਕੀ ਸ਼ੱਕੀ ਦੋਸ਼ੀਆਂ ਨੇ ਬੱਚਿਆਂ ਨੂੰ ਖਾਣਾ ਸਪਲਾਈ ਲਈ ਅਦਾਇਗੀ ਉੱਪਰ ਦਾਵਾ ਕਰਨ ਲਈ ਸਥਾਨਕ ਗੈਰ ਮੁਨਾਫਾ ਸੰਸਥਾ ਫੀਡਿੰਗ आवर ਫਿਊਚਰ ਦੀ ਵਰਤੋਂ ਕੀਤੀ ਜੋ ਖਾਣਾ ਕਦੀ ਪਹੁੰਚਾਇਆ ਹੀ ਨਹੀਂ ਗਿਆ ਇਸ ਪੈਸੇ ਦੀ ਵਰਤੋਂ ਕਥਿਤ ਦੋਸ਼ੀਆਂ ਨੇ ਮਹਿੰਗੀਆਂ ਖਾਰਾਂ, ਘਰ, ਗਹਿਣੇ ਤੇ ਹੋਰ ਜਾਇਦਾਦ ਖਰੀਦਣ ਲਈ ਕੀਤੀ। ਲੁਕਰ ਨੇ ਕਿਹਾ ਕਿ ਮੈਂ ਉਹਨਾਂ ਅਧਿਕਾਰੀਆਂ ਤੇ ਜਾਂਚਕਾਰਾਂ ਦੀ ਸ਼ਲਾਘਾ ਕੀਤੇ ਬਿਨਾਂ ਨਹੀਂ ਰਹਿ ਸਕਦਾ ਜਿਨ੍ਹਾਂ ਨੇ ਝੂਠ ਤੇ ਬੇਈਮਾਨੀ ਦਾ ਪਰਦਾਫਾਸ਼ ਕੀਤਾ। ਅਟਾਰਨੀ ਜਰਨਲ ਮੈਰਿਕ ਨੇ ਇਸ ਨੂੰ ਇੱਕ ਵਿਆਪਕ ਕੱਪਲੇ ਦਾ ਨਾਮ ਦਿੱਤਾ ਜੋ ਸਰਕਾਰ ਦਿਆਂ ਮਹਾਮਾਰੀ ਦੌਰਾਨ ਰਾਹਤ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਚੋਂ ਕੀਤਾ ਗਿਆ। ਅਮਰੀਕਾ ਵਿੱਚ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਆ ਕੇ ਵਸੇ ਲੋਕਾਂ ਵਿੱਚ ਵਖਰੇਵੀਆਂ ਦੇ ਬਾਵਜੂਦ ਉਨ੍ਹਾਂ ਵਿੱਚ ਇੱਕ ਸਾਂਝ ਪੈਦਾ ਕਰਨ ਲਈ ਕਈ ਸ਼ਹਿਰਾਂ ਵਿੱਚ ਵਿਸ਼ਵ ਸੱਭਿਆਚਾਰਕ ਮੇਲੇ ਲੱਗਦੇ ਨੇ। ਇਨ੍ਹਾਂ ਮੇਲਿਆਂ ਵਿੱਚ ਲੋਕਾਂ ਨੂੰ ਵਿਪਿੰਨ ਦੇਸ਼ਾਂ ਦੇ ਸੱਭਿਆਚਾਰ, ਸੰਗੀਤ ਅਤੇ ਨਾਚਾਂ ਵਿੱਚ ਸਾਂਝਾਂ ਅਤੇ ਵਖਰੇਵੀਆਂ ਤੋਂ ਜਾਣਕਾਰੀ ਮਿਲਦੀ ਹੈ। ਆਪੋ ਆਪਣੇ ਦੇਸ਼ ਦਾ ਪਹਿਰਾਵਾ, ਖਾਣਾ, ਰਹਿਣੀ-ਬਹਿਣੀ ਆਦਿ ਵਾਰੀ ਵੀ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਜਿੱਥੇ ਇਹ ਮੇਲੇ ਅਮਰੀਕਨਾਂ ਨੂੰ ਜਾਣਕਾਰੀ ਦਿੰਦੇ ਨੇ ਉੱਥੇ ਅਮਰੀਕਾ ਵਿੱਚ ਵਸਦੇ ਲੋਕਾਂ ਨੂੰ ਆਪਣੇ-ਆਪਣੇ ਮੁਲਕਾਂ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ ਅਜਿਹਾ ਹੀ ਸਾਲਾਨਾ ਵਸ਼ਪ ਪਤਰੀ ਸੱਭਿਆਚਾਰਕ ਮੇਲਾ ਅਮਰੀਕਾ ਦੇ ਪ੍ਰਸਿੱਧ ਸੂਬੇ ohio ਦੇ ਸ਼ਹਿਰ springfield ਦੇ ਸਿਟੀ ਹਾਲ ਪਲਾਜ਼ਾ ਵਿਖੇ ਲਗਾਇਆ ਗਿਆ ਸਿੱਖ ਦੁਨੀਆ ਦੇ ਭਾਵੇਂ ਕਿਸੇ ਵੀ ਹਿੱਸੇ ਵਿੱਚ ਗਏ ਹੋਣ ਉਹਨਾਂ ਨੇ ਆਪਣੀ ਨਿਵੇਕਲੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਅਮਰੀਕਾ ਵਿੱਚ ਇਹ ਪਛਾਣ ਕਈ ਵਾਰ ਨਸੀ ਹਮਲਿਆਂ ਦਾ ਕਾਰਨ ਵੀ ਬਣਦੀ ਹੈ ਇਸ ਦੇ ਬਾਵਜੂਦ ਸਿੱਖ ਆਪਣੀ ਨਿਵੇਕਲੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਧ ਚੜ ਕੇ ਅਮਰੀਕਨਜ਼ ਨੂੰ ਦਸਤਾਰ ਅਤੇ ਸਿੱਖ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਕਰ ਰਹੇ ਨੇ ਕੋਵਿਡ ਕਾਰਨ 3 ਸਾਲ ਬਾਅਦ ਇਹ ਮੇਲਾ ਮੁੜ ਲਗਾਇਆ ਗਿਆ ਸਿੱਖਾਂ ਵਿੱਚ ਦਸਤਾਰ ਦੇ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿੱਚ ਜਦ ਅਮਰੀਕਨਜ਼ ਨੂੰ ਦਸਤਾਰਾਂ ਸਜਾਉਣੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਹਰ ਇੱਕ ਸਾਲ ਵਾਂਗ ਲੋਕਾਂ ਦੀ ਕਲੰਬੀ ਕਤਾਰ ਲੱਗ ਗਈ ਸ਼ਹਿਰ ਦੇ ਮੇਅਰ ਵੌਨ ਕੌਪਲੈਂਡ ਨੇ ਉਦਘਾਟਨ ਦੀ ਰਸਮ ਅਦਾ ਕਰਨ ਉਪਰੰਤ ਖੁਸ਼ੀ-ਖੁਸ਼ੀ ਦਸਤਾਰ ਵੀ ਸਜਾਈ ਦਸਤਾਰਾਂ ਸਜਾਉਣ ਵਿੱਚ ਕੇਵਲ ਪੁਰਸ਼ੀ ਨਹੀਂ ਬਲਕਿ ਮਹਿਲਾਵਾਂ ਵੀ ਸ਼ਾਮਲ ਨੇ ਦਸਤਾਰਾਂ ਸਜਾਅ ਇਸ ਦਾ ਬਾਕੀ ਸਮਾਂ ਮੇਲੇ ਵਿੱਚ ਫਿਰਦੇ ਰਹੇ ਰੰਗ-बिरੰਗੀਆਂ ਦਸਤਾਰਾਂ ਨਾਲ ਇਹ ਕੋਈ ਪੰਜਾਬ ਦਾ ਹੀ ਮੇਲਾ ਲੱਗ ਰਿਹਾ ਸੀ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਰਾਜਾ ਕ੍ਰਿਸ਼ਨਾ ਮੂਰਤੀ ਨੇ ਪਾਕਿਸਤਾਨ ਦੀਆਂ ਅਤਵਾਦੀ ਗਤੀਵਿਧੀਆਂ ਤੇ ਨਿਸ਼ਾਨਾ ਬੰਨ੍ਹਿਆ ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਦੱਖਣੀ ਏਸ਼ੀਆ ਦੇਸ਼ ਵਿੱਚ ਕੱਟੜਪੰਥੀਆਂ ਖਿਲਾਫ ਆਪਣੇ ਸਟੈਂਡ ਕਰਨ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਉਹਨਾਂ ਨੂੰ ਇੱਕ ਦੁਸ਼ਮਨ ਮੰਦੀ ਹੈ ਇਲਿਨੋਇਸ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਬੋਸਟਨ ਵਿੱਚ ਅਮਰੀਕਨ ਇੰਡੀਆ ਸਿਕਿਉਰਿਟੀ ਕੌਂਸਲ ਦੁਆਰਾ ਆਯੋਜਿਤ ਇੱਕ ਸਮਾਗਮ 'ਤੇ ਇਹ ਗੱਲ ਕਹੀ ਇਸ ਦੌਰਾਨ ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਆਈਐਸਆਈ ਪਾਕਿਸਤਾਨ ਵਿੱਚ ਕੱਟੜਪੰਥੀਆਂ ਖਿਲਾਫ ਆਦੇਸ਼ ਸਟੈਂਡ ਲਈ ਉਸ ਨੂੰ ਦੁਸ਼ਮਣ ਦੇ ਰੂਪ ਵਿੱਚ ਦੇਖਦੀ ਹੈ ਉਹਨਾਂ ਨੇ ਇਹ ਵੀ ਦੁਹਰਾਇਆ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਅਤੇ ਕਦੇ ਵੀ ਕਿਸੇ ਰੰਗ ਜਾਤ ਜਾਂ ਧਰਮ ਨਾਲ ਵਿਤਕਰਾਨ ਨਹੀਂ ਕਰਦੇ ਕ੍ਰਿਸ਼ਨਾ ਮੂਰਤੀ ਨੇ ਭਾਰਤੀ ਅਮਰੀਕੀ ਭਾਈਚਾਰਿਆਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਸਬੰਧਾਂ ਦਾ ਸਮਰਥਨ ਜਾਰੀ ਰੱਖਣ ਦਾ ਭਰੋਸਾ ਦਿਵਾਇਆ ਤਾਂ ਜੋ ਅਮਰੀਕਾ ਦੀ ਇਹ ਦੋਸਤੀ ਪ੍ਰਸ਼ਾਂਤ ਖੇਤਰ ਵਿੱਚ ਚੀਨ ਨੂੰ ਆਪਣੀਆਂ ਇੱਛਾਵਾਂ ਤੋਂ ਰੋਕ ਸਕੇ ਇਸ ਸਮਾਗਮ ਵਿੱਚ ਵਿਕਰਮ ਰਾਜ ਦક્ષ ਦਿਨੇਸ਼ ਪਟੇਲ ਅਭਿਸ਼ੇਕ ਸਿੰਘ ਅਮਰ ਸਹਾਣੀ ਦੀਪਿਕਾ ਸਾਨੀਤੇ ਡਾਕਟਰ ਰਾਜ ਰੈਨਾ ਸਮੇਤ ਕਈ ਉੱਗੇ ਭਾਰਤੀ ਅਮਰੀਕੀਆਂ ਨੇ ਸ਼ਿਰਕਤ ਕੀਤੀ ਯੂਐਸ ਆਈਐਸਸੀ ਨੇ ਕਿਹਾ ਕਿ ਦਾਨ ਪ੍ਰੋਗਰਾਮ ਦਾ ਆਯੋਜਨ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੇ ਮੱਦੇਨਜ਼ਰ ਕ੍ਰਿਸ਼ਨਾ ਮੋਰਟੀ ਲਈ ਫੰਡ ਇਕੱਠਾ ਕਰਨ ਲਈ ਖੇਡਤਾ ਗਿਆ ਸੀ ਕੈਨੇਡੀਅਨ ਸੰਸਦ ਦਾ ਪਾਚਾੜ ਰੁੱਤ اجلاس ਮੰਗਲਵਾਰ ਤੋਂ ਸ਼ੁਰੂ ਹੋ ਗਿਆ ਜਿਸ ਦੌਰਾਨ ਲਿਬਰਲ ਸਰਕਾਰ ਨੇ ਘੱਟ ਆਮਦਨ ਵਾਲਿਆਂ ਦੀ ਆਰਥਿਕ ਮਦਦ ਲਈ ਜੀਐਸਟੀ ਹਾਊਸਿੰਗ ਅਤੇ ਡੈਂਟਲ ਕੇਅਰ ਵਾਲੇ ਬਿੱਲ ਪੇਸ਼ ਕਰ ਦਿੱਤੇ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ ਪਿਆਰੇ ਫਾਇਲ ਐਵਰਾ ਨੇ ਪਹਿਲੇ ਪ੍ਰੋਸ਼ਨ ਕਾਲ ਵਿੱਚ ਹਿੱਸਾ ਲਿਆ ਤੇ ਮਹਿੰਗਾਈ ਸਣੇ ਕਈ ਮੁੱਦਿਆਂ ਤੇ ਲਿਬਰਲ ਸਰਕਾਰ ਨੂੰ ਘੇਰਾਂ ਦਾ ਯਤਨ ਕੀਤਾ ਹਾਊਸ ਆਫ ਕਾਮਨਸ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸਦਨ ਵਿੱਚ ਸਰਕਾਰ ਤੇ ਆਗੂ ਮਾਕ ਹੌਲੈਂਡ ਨੇ ਸਿਆਸੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਅਤੇ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨਵੇਂ ਆਗੂ ਦੀ ਨੁਕਤਾਚੀਨੀ ਕਰਨੀ ਵੀ ਨਾ ਭੁੱਲੇ ਕੈਨੇਡਾ ਵਿੱਚ ਮਹਿੰਗਾਈ ਦਰ ਘਟ ਕੇ ਭਾਵੇਂ 7% ਤੇ ਆ ਗਈ ਹੈ ਪਰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵਧਣ ਦਾ سلسلہ ਲਗਾਤਾਰ ਚੱਲ ਰਿਹਾ ਹੈ ਅਤੇ ਮੁਲਕ ਦੇ 25% ਲੋਕ ਗਰੋਸਰੀ ਉੱਪਰ ਹੋ ਰਿਹਾ ਖਰਚਾ ਘਟਾਉਣ ਲਈ ਮਜਬੂਰ ਹੋ ਗਏ ਨੇ ਡਲਹੌਜ਼ੀ ਯੂਨੀਵਰਸਿਟੀ ਵੱਲੋਂ ਕਰਵਾਏ ਸਰਵੇਖਣ ਦੇ ਮੁਤਾਬਕ ਲੋਕ ਖਾਣ ਪੀਣ ਦੀਆਂ ਆਦਤਾਂ ਬਦਲ ਰਹੇ ਨੇ ਤਾਂ ਕਿ ਗਰੋਸਰੀ ਦੇ ਖਰਚੇ ਵਿੱਚ ਕੁਝ ਬਚਤ ਹੋ ਸਕੇ ਕੈਨੇਡਾ ਵਿੱਚ 1981 ਤੋਂ ਬਾਅਦ ਪਹਿਲੀ ਵਾਰ ਖਾਣ ਪੀਣ ਵਾਲੀਆਂ ਵਸਤਾਂ ਦੇ ਭਾਅ ਅਸਮਾਨ ਛੂਰੇ ਨੇ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦਾ ਰੁਜ਼ਗਾਰ ਮੁਸ਼ਕਲ ਹੋ ਗਿਆ ਹਾਲਾਂਕਿ ਰੂਸ ਵੱਲੋਂ ਯੂਕਰੇਨ ਉੱਪਰ ਹਮਲੇ ਮਗਰੋਂ ਕ੍ਰੌਸਰੀ ਮਹਿੰਗੀ ਹੋਣੀ ਸ਼ੁਰੂ ਹੋ ਗਈ ਹੈ ਪਰ ਅਗਸਤ ਮਹੀਨੇ ਦੇ ਅੰਕੜੇ ਸਾਰੇ ਰਿਕਾਰਡ ਤੋੜ ਰਹੇ ਨੇ ਖਾਣ ਵਾਲੇ ਤੇਲ ਪਿਛਲੇ 1 ਸਾਲ ਦੌਰਾਨ 28% ਦੀ ਮਹਿੰਗੇ ਹੋਏ ਜਦਕਿ ਕੌਫੀ ਅਤੇ ਚਾਹ ਪੱਤੀ ਦੀਆਂ ਕੀਮਤਾਂ 13% ਦੀ ਵਧ ਗਈਆਂ ਕੈਨੇਡਾ ਦੇ ਮਿਸਿਸਾਗਾ ਸ਼ਹਿਰ ਵਿੱਚ ਕੈਨੇਡੀਅਨ ਟਾਇਰ ਨਾਮਕ ਸਟੋਰ ਅੰਦਰ ਬੀਤੇ ਸੋਮਵਾਰ ਨੂੰ ਚਾਕੂ ਮਾਰ ਕੇ ਕੌਰਨ ਦੀ ਹੱਤਿਆ ਕਰਨ ਦੇ ਦੋਸ਼ 'ਚ ਪੀਲ ਪੁਲਿਸ ਨੇ ਬੀਤੇ ਕੱਲ 26 ਸਾਲਾ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਸ਼ਾਮ ਦੇ ਸਮੇਂ 6:00 ਵਜੇ ਬਾਪਰੀ ਦਰਦਨਾਕ ਘਟਨਾ ਮੌਕੇ ਸਟੋਰ ਅੰਦਰ ਚੀਖ ਚਹਾੜਾ ਪੈ ਗਿਆ ਸੀ ਅਤੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਔਰਤ ਦੀ ਮੌਕੇ ਤੇ ਮੌਤ ਹੋ ਗਈ ਸੀ। ਪੁਲਿਸ ਨੇ ਅਜੇ ਉਸ ਔਰਤ ਦਾ ਨਾਮ ਜਾਰੀ ਨਹੀਂ ਕੀਤਾ। ਬੀਸੀ ਸਾਗਾ ਵਾਸੀ ਚਰਨਜੀਤ ਵਿਰੁੱਧ ਕਤਲ ਦਾ ਮਕਦਮਾ ਦਰਜ ਕਰਕੇ ਉਸ ਨੂੰ ਬ੍ਰੈਂਟਨ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਪੁਲਿਸ ਦੀ ਜਾਂਚ ਲਈ ਸਟੋਰ ਨੂੰ ਬੰਦ ਰੱਖਿਆ ਜਾ ਰਿਹਾ ਅਤੇ ਸਟੋਰ 'ਚ ਮੌਕੇ ਤੇ ਹਾਜ਼ਰ ਦਰਜਨ ਤੋਂ ਬਾਅਦ ਕਾਮੇ ਸਹਿਮਚ ਨੇ ਜਿਸ ਕਰਕੇ ਅਨਟਾਰੀਓ ਦੇ ਰਤ ਮੰਤ్రਾਲਾ ਨੂੰ ਵੀ ਘਟਨਾ ਦੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਮਿਲੇ ਗੁਪਤ ਜਾਣਕਾਰੀ ਅਨੁਸਾਰ ਬ੍ਰੈਂਪਟਨ ਵਾਸੀ ਚਰਨਜੀਤ ਨੇ ਆਪਣੀ ਪਤਨੀ ਦਾ ਕਤਲ ਕੀਤਾ ਤੇ ਉਹਨਾਂ ਵਿਚਕਾਰ ਕੈਨੇਡਾ 'ਚ ਪੱਕੇ ਹੋਣ ਕਰਾਉਣ ਦਾ ਮਾਮਲਾ ਇੱਕ ਰੇਲੂ ਕਲੇਸ਼ ਕੁਝ ਦਿਨ ਤੋਂ ਸੁਲਗ ਰਿਹਾ ਸੀ ਜਿਸ ਕਰਕੇ ਉਹ ਅਲੱਗ ਰਹਿ ਰਹੇ ਸਨ ਅਮਰੀਕਾ ਦੇ ਹਿਊਸਟਨ ਵਿੱਚ 8 ਸਾਲ ਪਹਿਲਾਂ ਆਪਣੇ ਬੌਸ ਸਮੇਤ ਪੂਰੇ ਪਰਿਵਾਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਿਪੋਰਟਰ ਮੁਤਾਬਕ ਫੈਂਗ ਲੂ ਨੂੰ 11 ਸਤੰਬਰ ਨੂੰ ਚੀਨ ਤੋਂ ਆਉਣ ਤੋਂ ਤੁਰੰਤ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਫੈਂਗ ਲੂ ਨੇ 30 ਜਨਵਰੀ 2014 ਨੂੰ ਆਪਣੇ ਬੌਸ ਮੌਯੂ ਅਤੇ ਉਸਦੇ ਪਰਿਵਾਰ ਦੇ 4 ਹੋਰ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਹੁਣ ਇਸ ਕਤਲकांड ਦਾ ਖੁਲਾਸਾ ਕੀਤਾ ਹੈ ਪਤਾ ਲੱਗਿਆ ਕਿ ਨੌਕਰੀ 'ਚ ਤਰੱਕੀ ਨਾ ਮਿਲਣ ਤੋਂ ਨਰਾਜ਼ ਫੈੰਗਲੂ ਨੇ ਪਰਿਵਾਰ ਸਮੇਤ ਆਪਣੇ ਬੌਸ ਦਾ ਕਤਲ ਕਰ ਦਿੱਤਾ ਉਹਨਾਂ ਦੀਆਂ ਲਾਸ਼ਾਂ ਬੈੱਡਰੂਮ ਵਿੱਚ ਖੂਨ ਨਾਲ ਲਥਪਥ ਪਈਆਂ ਮਿਲੀਆਂ ਸਾਰਿਆਂ ਨੂੰ ਗੋਲੀ ਮਾਰ ਦਿੱਤੀ ਗਈ ਹਿਊਸਟਨ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 30 ਜਨਵਰੀ 2014 ਨੂੰ ਮਾਓਸਨ ਮੈਕਸੀਸਨ ਟਿਮੋਥੀ ਸਾਨ ਅਤੇ ਟਾਈਟਸਨ ਸੰਦੀਆਂ ਲਾਸ਼ਾਂ ਬੈੱਡਰੂਮ ਵਿੱਚੋਂ ਮਿਲੀਆਂ ਸੀ ਸਾਰਿਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਪੁਲਿਸ ਨੇ ਹੁਣ ਕਤਲ ਦੇ ਕਾਰਨਾਂ ਦਾ ਖੁਲਾਸਾ ਕੀਤਾ ਪੁਲਿਸ ਨੇ ਦੱਸਿਆ ਕਿ ਫਾਂਗ ਲੂ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਰਿਵਾਰ ਦੇ ਕਤਲ ਤੋਂ ਪਰਦਾ ਉੱਠ ਗਿਆ 58 ਸਾਲਾ ਫੇਂਗ ਲੂ ਦਾ ਆਪਣੇ ਕਰਮਚਾਰੀਆਂ ਨਾਲ ਵਿਵਹਾਰ ਥੋੜਾ ਅਜੀਬ ਸੀ ਉਹ ਬਹੁਤ ਤਣਾਅ ਵਿੱਚ ਸਨ ਕਿ ਦਫ਼ਤਰ ਚ ਉਹਨਾਂ ਦੇ ਰਿਪੋਰਟਿੰਗ ਮੈਨੇਜਰ ਮਯੋਈ ਨੇ ਉਸ ਦੀ ਤਰੱਕੀ ਦੀ ਸਿਫਾਰਿਸ਼ ਨਹੀਂ ਕੀਤੀ ਪੁਲਿਸ ਵੱਲੋਂ ਧਾਇਰ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਫਾਂਗ ਕੰਪਨੀ ਦੇ ਖੋਜ ਅਤੇ ਵਿਕਾਸ ਸੈਕਸ਼ਨ ਵਿੱਚ ਆਪਣਾ ਤਬਾਦਲਾ ਚਾਹੁੰਦਾ ਸੀ ਇਸ ਦੇ ਲਈ ਜੋ ਮਯੋ ਲੋ ਉਹਨਾਂ ਨੂੰ ਕੋਈ ਟਿੱਪਣੀ ਕੀਤੀ ਜਾਂਦੀ ਹੈ ਤਾਂ ਉਸ ਦਾ ਕੰਮ ਬਣ ਜਾਂਦਾ ਹੈ ਪਰ ਅਜੇ ਹਾਂ ਨਹੀਂ ਹੋਇਆ ਫੈਂਗੂ ਨੇ ਆਪਣੇ ਇਕਬੂਲ ਨਾਮੇ ਵਿੱਚ ਪੁਲਿਸ ਨੂੰ ਦੱਸਿਆ ਕਿ ਜਦੋਂ ਆਫਿਸ ਪਹੁੰਚਿਆ ਤਾਂ ਉਸ ਦੇ ਸਹਿਕਰਮੀਆਂ ਦਾ ਉਸ ਦੇ ਨਾਲ ਵਤੀਰਾ ਥੋੜਾ ਅਜੀਬ ਹੈ ਉਸ ਨੂੰ ਸ਼ੱਕ ਹੋਇਆ ਕਿ ਮਾਓ ਨੇ ਹੋਰ ਲੋਕਾਂ ਦੇ ਕੋਲ ਉਸ ਦੀ ਚੁਗਲੀ ਕੀਤੀ ਹੈ ਰੂਸ ਅਤੇ ਯੂਕਰੇਨ ਵਿਚਾਲੇ ਇਸ ਸਾਲ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਖਤਮ ਨਹੀਂ ਹੋਈ ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਬਲਾਦਿਮਿਰ ਪੁਤਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਯੂਕਰੇਨ ਦੇ 4 ਖੇਤਰਾਂ ਵਿੱਚ 3 ਲੱਖ ਰਿਜ਼ਰਵ ਸੈਨਿਕਾਂ ਨੂੰ ਤਾਇਨਾਤ ਕਰਨਗੇ ਉਸ ਦੇ ਐਲਾਨ ਤੋਂ ਬਾਅਦ ਦੇਸ਼ ਭਰ ਵਿੱਚ ਪਹਿਲਾਂ ਹੀ ਹੋ ਰਹੇ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਨੇ ਤਾਜ਼ਾ ਜਾਣਕਾਰੀ ਮੁਤਾਬਕ ਮਨੁੱਖੀ ਅਧਿਕਾਰ ਸਮੂਦਾ ਕਹਿੰਦਾ ਹੈ ਕਿ ਬੁੱਧਵਾਰ ਨੂੰ ਪ੍ਰਦਰਸ਼ਨ ਕਰ ਰਹੇ 100 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਦੂਜੇ ਪਾਸੇ ਇਸ ਐਲਾਨ ਤੋਂ ਬਾਅਦ ਵੱਡੇ ਗਿਣਤੇ ਵਿੱਚ ਰੂਸੀ ਨਾਗਰਿਕ ਦੇਸ਼ ਛੱਡ ਕੇ ਜਾ ਰਹੇ ਨੇ ਦੂਜੇ ਪਾਸੇ ਪਾਪ ਫਰਾਂਸਿਸ ਨੇ ਪੁੱਤਿੰ ਦੀ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਚੇਤਾਵਨੀ ਨੂੰ ਬਾਗਲਪਨ ਕਰਾਰ ਦਿੱਤਾ ਹੈ ਰਾਸ਼ਟਰਪਤੀ ਪੁੱਤ ਨੇ ਬੁੱਧਵਾਰ ਨੂੰ ਰਾਸ਼ਟਰ ਨੂੰ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ ਘੋਸ਼ਣਾ ਕੀਤੀ ਹੈ ਕਿਤਨੇ ਲੱਖ ਰਿਜ਼ਰਵ ਸੈਨਿਕਾਂ ਦੀ ਅਸ਼ੰਕ ਤੈਨਾਤੀ ਦਾ ਖਰੜਾ ਜਲਦੀ ਤਿਆਰ ਕੀਤਾ ਜਾਏਗਾ ਇਸ ਦੌਰਾਨ ਉਸਨੇ ਯੂਕਰੇਨ ਦੇ ਖਿਲਾਫ ਸਾਰੇ ਸਾਧਨਾਂ ਦੀ ਵਰਤੋਂ ਕਰਨ ਦੀ ਧਮਕੀ ਵੀ ਦਿੱਤੀ ਹੈ ਤੇ ਪੱਛਮੀ ਦੇਸ਼ਾਂ ਤੇ ਉਕਸਾਉਣ ਦਾ ਦੋਸ਼ ਲਗਾਇਆ ਉਹਨਾਂ ਆਪਣੇ ਸੰਬੋਧਨ ਚ ਕਿਹਾ ਕਿ ਉਹ ਕਹਿ ਰਹੇ ਹਨ ਕਿ ਸਾਲ 1991 ਚ ਉਹਨਾਂ ਨੇ ਸੋਵੀਅਤ ਸੰਘ ਨੂੰ ਵੱਖ ਕਰ ਲਿਆ ਸੀ ਹੁਣ ਰੂਸ ਨਾਲ ਵੀ ਅਜਿਹਾ ਕਰਨ ਦਾ ਸਮਾਂ ਆ ਗਿਆ ਹੈ ਅਜਿਹੇ ਬਿਆਨ ਦੇਣ ਵਾਲਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਰੂਸ ਕੋਲ ਵਿਨਾਸ਼ ਦੇ ਬਹੁਤ ਸਾਰੇ ਹਥਿਆਰ ਨੇ ਜੇਕਰ ਸਾਡੀ ਖੇਤਰੀ ਅਖੰਡਤਾ ਨੂੰ ਕੋਈ ਖਤਰਾ ਹੈ ਤਾਂ ਅਸੀਂ ਆਪਣੇ ਦੇਸ਼ ਅਤੇ ਲੋਕਾਂ ਨੂੰ ਬਿਨਾਂ ਕਿਸੇ ਚੁਜਕ ਦੇ ਬਚਾਉਣ ਲਈ ਸਾਰੇ ਸਾਧਨਾਂ ਦੀ ਵਰਤੋਂ ਕਰਾਂਗੇ ਸੈਂਕੜੇ ਲੋਕ ਸੜਕਾਂ ਤੇ ਉਤਰ ਆਏ ਅਤੇ ਰਿਜ਼ਰਵ ਫੌਜਾਂ ਦੀ ਤਾਇਨਾਤੀ ਦੇ ਖਿਲਾਫ ਦੇਸ਼ ਭਰ ਚ ਪ੍ਰਦਰਸ਼ਨ ਕੀਤਾ ਅਧਿਕਾਰੀ ਸਮੂਹਾਂ ਦੇ ਅਨੁਸਾਰ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਰੂਸੀ ਰਾਸ਼ਟਰਪਤੀ ਨੇ ਐਲਾਨ ਕੀਤਾ ਜਿਵੇਂ ਸਮੇਂ ਜਦੋਂ ਉਹ ਯੂਕਰੇਨ ਦੇ 4 ਹਿੱਸਿਆਂ ਦੋਨੇਟਸਕ ਲੋਹਾਂਸਕ ਖੋਰਾਸਾਨ ਅਤੇ ਜ਼ਪੋਰੀਆ ਨੂੰ ਆਪਣੇ ਨਾਲ ਜੋੜਨ ਦੀ ਤਿਆਰੀ ਕਰ ਰਿਹਾ ਹੈ ਇਸ ਦੇ ਲਈ ਉਹ ਸ਼ੁੱਕਰਵਾਰ ਨੂੰ ਜਨਮਤ ਸੰਗ੍ਰਹਿ ਕਰਵਾਉਣ ਜਾ ਰਿਹਾ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ 23 ਤੋਂ 27 ਸਤੰਬਰ ਦਰਮਿਆਨ ਆਪਣੀ ਵੋਟ ਪਾ ਸਕਣਗੇ ਰੂਸ ਦੇ ਰਾਸ਼ਟਰਪਤੀ ਬੁਲਾਦਮਿਰ ਪੁਤਨ ਨੇ ਬੁੱਧਵਾਰ ਨੂੰ ਰੂਸੀ ਸੈਨਿਕਾਂ ਦੀ ਲਾਮਬੰਦੀ ਦਾ ਐਲਾਨ ਕੀਤਾ ਅਤੇ ਧਮਕੀ ਦਿੱਤੀ ਹੈ ਕਿ ਪੱਛਮੀ ਦੇਸ਼ਾਂ ਨੇ ਆਪਣੀ ਸਰਹੱਦ ਪਾਰ ਕਰ ਲਈ ਹੈ ਰੂਸੀ ਰਾਸ਼ਟਰਪਤੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪੱਛਮ ਦੇ ਸਰਹੱਦ ਰੇਖਾ ਪਾਰ ਕਰ ਲਈ ਹੈ ਪੱਛਮੀ ਦੇਸ਼ ਰੂਸ ਨੂੰ ਕਮਜ਼ੋਰ ਕਰਨ, ਬੰਡ ਅਤੇ ਤਬਾਹ ਕਰਨ ਲਈ ਕਹਿ ਰਹੇ ਨੇ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਜੋ ਸਾਡੇ ਦੇਸ਼ ਦੇ ਭਵਿੱਖ ਨੂੰ ਬਣਾਉਣ ਦਾ ਵਾਅਦਾ ਕਰਦੇ ਨੇ ਤੇ ਸਾਡੇ ਵਿਸ਼ੇਸ਼ ਕਾਰਜਾਂ ਦਾ ਟੀਚਾ ਅਜੇ ਵੀ ਬਦਲਿਆ ਨਹੀਂ ਹੈ ਤੇ ਐਲਪੀਆਰ ਪੂਰੀ ਤਰ੍ਹਾਂ ਮੁਕਤ ਹੋ ਗਿਆ ਤੇ ਡੀਪੀਆਰ ਨੂੰ ਅਸ਼ੰਕ ਤੌਰ ਤੇ ਆਜ਼ਾਦ ਕਰ ਦਿੱਤਾ ਗਿਆ ਰਸ਼ੀਅਨ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਨੇ ਦੇਸ਼ ਮੌਜੂਦ ਸੈਨਿਕਾਂ ਨੂੰ ਅਸ਼ੰਕਤ ਤੌਰ ਤੇ ਲਾਮਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਤੇ ਉਹਨਾਂ ਨੇ ਕਿਹਾ ਕਿ ਪੱਛਮੀ ਦੇਸ਼ ਸਾਡੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੇ ਨੇ ਅਤੇ ਪੱਛਮੀ ਦੇਸ਼ਾਂ ਨੇ ਯੂਕਰੇਨ ਦੇ ਲੋਕਾਂ ਨੂੰ ਤੋਪਾਂ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਪੱਛਮੀ ਦੇਸ਼ ਰੂਸ ਨਾਲ ਪ੍ਰਕੋਸਤ ਯੁੱਧ ਛੇੜ ਰਹੇ ਨੇ ਰੂਸੀ ਰਾਸ਼ਟਰਪਤੀ ਦਾ ਇੱਕ ਰਿਕਾਰਡ ਕੀਤਾ ਭਾਸ਼ਣ ਰੂਸੀ ਟੈਲੀਵਿਜ਼ਨ ਤੇ ਪ੍ਰਸਾਰਿਤ ਕੀਤਾ ਗਿਆ ਹੈ ਤੇ ਨਿਊਜ਼ ਏਜੰਸੀ ਦੁਆਰਾ ਉਹਨਾਂ ਦੇ ਭਾਸ਼ਣ ਦਾ ਅੰਗਰੇਜ਼ੀ ਅਨੁਵਾਦ ਕੀਤਾ ਗਿਆ ਹੈ ਜਿਸ ਵਿੱਚ ਰੂਸੀ ਰਾਸ਼ਟਰਪਤੀ ਨੇ ਪੱਛਮੀ ਦੇਸ਼ਾਂ ਨੂੰ ਸਖਤ ਧਮਕੀ ਦਿੱਤੀ ਹੈ ਅਤੇ ਪੱਛਮੀ ਦੇਸ਼ਾਂ ਦੇ ਪ੍ਰੋਕਸੀ ਯੁੱਧ ਸ਼ੁਰੂ ਕਰਨ ਦਾ ਦੋਸ਼ ਲਗਾਇਆ। ਆਸਟ੍ਰੇਲੀਆ ਦੇ ਟਾਪੂ ਰਾਜ ਤਸਮਾਨੀਆ ਦੇ ਜੰਗਲੀ ਅਤੇ ਦੂਰ ਦਰਾਡੇ ਪੱਛਮੀ ਤੱਟ ਤੇ ਫਸੀਆਂ 230 ਬੇਲ ਮੱਛੀਆਂ ਮਿਲਣ ਦੇ ਇੱਕ ਦਿਨ ਬਾਅਦ ਵੀਰਵਾਰ ਨੂੰ ਜਾਰੀ ਰਹਿਣ ਵਾਲੇ ਬਚਾਅ ਯਤਨਾਂ ਦੇ ਬਾਵਜੂਦ ਕੇਵਲ 35 ਹੀ ਜ਼ਿੰਦਾ ਨੇ। ਕੁਦਰਤੀ ਸਰੋਤ ਅਤੇ ਵਾਤਾਵਰਣ ਤਸਮਾਨੀਆ ਵਿਭਾਗ ਨੇ ਕਿਹਾ ਕਿ ਮੈਕ ਕੁਵਰੀ ਹਾਰਵਰ ਵਿੱਚ ਫਸੀਆਂ ਪਾਇਲਟ ਵੇਲਾਂ ਦੇ ਅੱਧੇ ਪੌੜ ਨੂੰ ਬੁੱਧਵਾਰ ਨੂੰ ਅਜੇ ਵੀ ਜ਼ਿੰਦਾ ਮੰਨਿਆ ਗਿਆ। ਤਸਮਾਨੀਆ ਪੌਕਸ ਅਤੇ ਵਾਈਲਡ ਲਾਈਫ ਸਰਵਿਸ ਮੈਨੇਜਰ ਬ੍ਰੈਂਡਨ ਕਲਾਕ ਨੇ ਕਿਹਾ ਕਿ ਪੌਂਡਿੰਗ ਸਰਫ ਨੇ ਰਾਤੋਂ ਰਾਤ ਇੱਕ ਗਿਣਤੀ ਕੀਤੀ। ਕਲਾਕ ਨੇ ਨੇੜਲੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕੱਲ੍ਹ ਸ਼ੁਰੂਆਤੀ ਮੁਲਾਂਕਣ ਦੇ ਹਿੱਸੇ ਵਜੋਂ ਜਾਨਵਰਾਂ ਦੀ ਜਾਂਚ ਕੀਤੀ ਹੈ ਅਤੇ ਅਸੀਂ ਉਹਨਾਂ ਜਾਨਵਰਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ ਫਸੇ ਹੋਏ ਇਲਾਕਾ ਪਗ 230 ਦੇ ਬਚਣ ਦੀ ਸਭ ਤੋਂ ਵੱਧ ਸੰਭਾਵਨਾ ਸੀ ਔਰ ਵਧਿਆ ਸੰਭਾਵਨਾ ਸਰਹਨ ਕਲੈਂਕ ਨੇ ਅੱਗੇ ਕਿਹਾ ਹੈ ਕਿ ਸਾਨੂੰ ਬੀਚ ਤੇ ਲਗਭਗ 35 ਬਚੇ ਹੋਏ ਜਾਨਵਰ ਮਿਲੇ ਅਤੇ ਸਵੇਰੇ ਮੁਖ ਫੌਕਸ ਉਹਨਾਂ ਜਾਨਵਰਾਂ ਨੂੰ ਬਚਾਉਣ ਅਤੇ ਰਿਹਾਈ ਤੇ ਹੋਏਗਾ। ਔਰ ਨਾਲ ਦੇ ਨਾਲ ਉਹਨਾਂ ਨੇ ਬੰਦਰਗਾਹਾਂ ਵਿੱਚ ਔਸਟ੍ਰੇਲੀਆ ਦੇ ਇਤਿਹਾਸ ਵਿੱਚ ਵੇਲ 2 ਸਾਲ ਬਾਅਦ ਬੀਚ ਤੇ ਸੀ। 21 ਸਤੰਬਰ 2020 ਨੂੰ ਲਗਭਗ 470 ਲੰਬੇ ਪਰਾਂ ਵਾਲੀਆਂ ਪਾਇਲਟ ਵੇਲਾਂ ਰੇਤ ਦੀਆਂ ਪੱਟੀਆਂ ਤੇ ਫਸੀਆਂ ਮਿਲੀਆਂ ਸੀ। ਇੱਕ ਹਫ਼ਤੇ ਦੀ ਕੋਸ਼ਿਸ਼ ਤੋਂ ਬਾਅਦ ਇਹਨਾਂ ਵਿੱਚੋਂ 111 ਵੇਲਾਂ ਨੂੰ ਬਚਾਇਆ ਗਿਆ ਸੀ ਪਰ ਬਾਕੀਆਂ ਦੀ ਮੌਤ ਹੋ ਗਈ ਸੀ। ਦິນਨਗਰ ਅਧੀਨ ਆਉਂਦੇ ਪਿੰਡ ਵਜ਼ੀਰਪੁਰ ਦੇ ਰਹਿਣ ਵਾਲੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਤ ਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਫੌਜੀ ਜਵਾਨ ਅਮਰਪਾਲ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਉਹਨਾਂ ਨੇ આરોਪ ਲਗਾਇਆ ਕਿ ਭਾਰਤੀ ਫੌਜ ਵੱਲੋਂ ਉਹਨਾਂ ਦੇ ਜਵਾਨ ਪੁੱਤ ਦੀ ਵਿਕਦਰਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਫੌਜ ਦੇ ਜਵਾਨ ਉਸ ਦੀ ਲਾਸ਼ ਨੂੰ ਲਿਫਾਫੇ ਵਿੱਚ ਲਪੇਟ ਕੇ ਪਿੰਡ ਦੇ ਬਾਹਰ ਹੀ ਗੱਡੀ 'ਚ ਉਤਾਰ ਕੇ ਚਲੇ ਗਏ ਉੱਥੇ ਉਹਨਾਂ ਨੇ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਪੁੱਤ ਦੀ ਹੋਈ ਮੌਤ ਦੀ ਜਾਂਚ ਕੀਤੀ ਜਾਏ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਹਾਲਾਤਾਂ 'ਚ ਉਸ ਦੀ ਮੌਤ ਹੋਈ ਹੈ ਉਹਨਾਂ ਨੇ ਕਿਹਾ ਕਿ ਅਮਰਪਾਲ ਆਤਮ ਹੱਤਿਆ ਕਰਨ ਵਾਲਿਆਂ ਵਿੱਚੋਂ ਨਹੀਂ ਸੀ ਉਹ ਹਮੇਸ਼ਾ ਹੱਸਦੇ ਰਹਿੰਦਾ ਸੀ ਅਤੇ ਕੋਈ ਤੜਾ ਉਸ ਦੇ ਦਿਮਾਗ ਵਿੱਚ ਨਹੀਂ ਸੀ ਉਸ ਦੀ ਮੌਤ ਪਿੱਛੇ ਕੋਈ ਨਾ ਕੋਈ ਫੌਜ ਦਾ ਹੀ ਅੰਦਰੂਨੀ ਕਾਰਨ ਹੈ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮੰਗ ਕਰ ਦਿਆ ਕਿ ਹਾਕੀ ਅਮਰਪਾਲ ਨੇ 22 ਸਾਲ ਦੇਸ਼ ਦੀ ਸੇਵਾ ਕੀਤੀ ਇਸ ਲਈ ਉਸ ਨੂੰ ਬਣਦਾ ਸੈਨਿਕ ਸਨਮਾਨ ਦਿੱਤਾ ਜਾਏ ਜੇ ਉਸ ਨੂੰ ਉਸ ਦਾ ਬਣਦਾ ਸਨਮਾਨ ਨਾ ਦਿੱਤਾ ਗਿਆ ਤਾਂ ਉਸ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਅਤੇ ਉਸ ਦੇ ਮ੍ਰਿਤਕ ਦੇ ਨੂੰ ਨਾਲ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਰਾਓ ਕੀਤਾ ਜਾਏਗਾ ਫੌਜੀ ਜਵਾਨ ਅਮਰਪਾਲ ਦੇ ਮਾਤਾ ਪਿਤਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ 4:30 ਵਜੇ ਦੇ ਕਰੀਬ ਅਮਰਪਾਲ ਨਾਲ ਉਹਨਾਂ ਦੀ ਗੱਲ ਹੋਈ ਸੀ ਤੇ ਉਸ ਵੇਲੇ ਉਹ ਬਿਲਕੁਲ ਠੀਕ ਸੀ ਸਵੇਰੇ ਉਹਨਾਂ ਨੂੰ ਪਿੰਡ ਸਰਪੰਚ ਨੇ ਸੂਚਨਾ ਦਿੱਤੀ ਕਿ ਅਮਰਪਾਲ ਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਉਹਨਾਂ ਦੀ ਯੂਨਿਟ ਦੇ ਕਿਸੇ ਅਧਿਕਾਰੀ ਵੱਲੋਂ ਉਸ ਦੇ ਪਰਿਵਾਰ ਨੂੰ ਕੋਈ ਇਤਲਾਹ ਨਹੀਂ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਬਾਅਦ ਵਿੱਚ ਉਸ ਦੀ ਯੂਨਿਟ ਨਾਲ ਸੰਪਰਕ ਕਰਨ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਅਮਰਪਾਲ ਦੀ ਸਵੇਰੇ 4:26 ਵਜੇ ਤੱਕ ਡਿਊਟੀ ਸੀ ਡਿਊਟੀ ਦੌਰਾਨ 5 ਵਜੇ ਦੇ ਕਰੀਬ ਉਪਰੋਂ ਕੱਪੜੇ ਲੈ ਕੇ ਕਮਰੇ ਵਿੱਚ ਲੱchn ਲਈ ਕਿਹਾ ਗਿਆ ਹੈ 5 ਵਜੇ ਦੇ ਕਰੀਬ ਉਹ ਉੱਪਰੋਂ ਕੱਪੜੇ ਲੈ ਕੇ ਕਮਰੇ ਵਿੱਚ ਛੱਡਣ ਲਈ ਕਹਿ ਕੇ ਗਿਆ ਤੇ ਇਸ ਦੌਰਾਨ ਹੀ ਕਮਰੇ ਵਿੱਚ ਜਾ ਕੇ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਉਹਨਾਂ ਨੇ ਕਿਹਾ ਕਿ ਅਜਿਹਾ ਕੋਈ ਵੀ ਕਾਰਨ ਨਹੀਂ ਸੀ ਕਿ ਆਤਮ ਹੱਤਿਆ ਕਰਿਆ ਮਰਪਾਲ ਇਸ ਲਈ ਮਾਮਲੇ ਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਪੰਜਾਬ ਦੇ ਰਾਜਪਾਲ ਵੱਲੋਂ ਹੋਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਮਨਜ਼ੂਰੀ ਦੇ ਕੇ ਵਾਪਸ ਲੈਂਦ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ ਇਸ ਸਬੰਧੀ ਆਮ ਆਦਮੀ ਪਾਰਟੀ ਨੇ ਸਵੇਰ ਤੋਂ ਹੀ ਪਾਰਟੀ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਸਰਕਾਰ ਅਗਲੇ ਹਫਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਗਲੇ ਹਫਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਤਿਆਰੀ ਕਰ ਰਹੀ ਹੈ ਇਸ ਸਬੰਧੀ ਆਪ ਵਿਧਾਇਕਾਂ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਏਗਾ ਇਸ ਵਾਰ ਸੈਸ਼ਨ ਬੁਲਾਉਣ ਦਾ ਕੋਈ ਕਾਰਨ ਨਹੀਂ ਦੱਸਿਆ ਜਾਏਗਾ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਵਾਰ ਭਰੋਸੇ ਦਾ ਮਤਾ ਨਹੀਂ ਲਿਆਏਗੀ ਰਾਜਪਾਲ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਨੂੰ ਰੱਦ ਕਰਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਦਲ ਦੀ ਮੀਟਿੰਗ ਵੀ ਬੁਲਾਈ ਗਈ ਪਾਰਟੀ ਮੈਲਾ ক্রিকেট ਟੀਮ ਨੇ ਇੰਗਲੈਂਡ ਖਿਲਾਫ 1 ਡੇ ਸੀਰੀਜ਼ ਜਿੱਤ ਲਈ ਹੈ ਬੁੱਧਵਾਰ ਰਾਤ ਕੈਂਟਬਰੀ ਚ ਖੇਡੇ ਗਏ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾਇਆ ਇਸ ਦੌਰਾਨ ਹਰਮਨप्रीत कौर ਨੇ ਸ਼ਾਨਦਾਰ 143 ਦੌੜਾਂ ਬਣਾਈਆਂ ਜਦਕਿ ਰੇਨੁਕਾ ਠਾਕੁਰ ਨੇ 4 ਫੇਅਰ ਬਣਾਏ ਜਿਸ ਨਾਲ ਭਾਰਤ ਨੇ ਇੰਗਲੈਂਡ ਤੇ ਇਤਿਹਾਸਿਕ ਸੀਰੀਜ਼ ਜਿੱਤ ਲਈ ਮੇਜ਼ਬਾਨ ਟੀਮ ਨੇ 245 ਦੌੜਾਂ ਤੇ ਆਊਟ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਦੇ ਸੈਂਕੜੇ ਨੇ ਇੰਗਲੈਂਡ ਦੇ ਖਿਲਾਫ ਭਾਰਤ ਦਾ 333 ਦੌੜਾਂ ਦਾ ਰਿਕਾਰਡ ਬਣਾਇਆ ਭਾਰਤ ਨੇ 1999 ਤੋਂ ਬਾਅਦ ਇੰਗਲੈਂਡ ਦੀ ਧਰਤੀ ਤੇ ਆਪਣੀ ਪਹਿਲੀ ਵਨਡੇ ਸੀਰੀਜ਼ ਜਿੱਤ ਤੇ ਹੋਏ ਸੀਰੀਜ਼ ਵਿੱਚ 2-0 ਦੀ ਅਜੇਤੂ ਬੜਤ ਬਣਾ ਲਈ ਪਾਰਟੀ ਮੈਲਾ ਕ੍ਰਿਕਟ ਟੀਮ ਨੇ ਇੰਗਲੈਂਡ ਖਿਲਾਫ 1 ਡੇ ਸੀਰੀਜ਼ ਦੀ ਜਿੱਤ ਹਾਸਲ ਕਰਨ ਤੋਂ ਬਾਅਦ ਇਹ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਹਰਮਨਪ੍ਰੀਤਕੌਰ ਦੇ ਯਾਦਗਾਰ ਦੌੜਾਂ ਬਣਾਉਣ ਦੇ ਚੌਕੇ ਤੇ ਛੱਕੇ ਲਾਉਣ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ ਜ਼ਿਕਰ ਹੀ ਹੋ ਗਿਆ ਕਿ ਹਰਮਨਪ੍ਰੀਤ ਨੇ ਇਹ ਤੇਜ਼ पारी ਕੇਵਲ 111 ਗੇਂਦਾਂ 'ਚ ਖੇਡੀ ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਹਰਮਨਪ੍ਰੀਤ ਕੌਰ ਦੇ ਯਾਦਗਾਰ ਸੈਂਕੜੇ ਦੀ ਬਦੌਲਤ 333 ਦੌੜਾਂ ਦਾ ਵੱਡਾ ਸਕੋਰ ਬਣਾਇਆ ਹਰਮਨਪ੍ਰੀਤ ਨੇ ਇਹ ਤੇਜ਼ ਪਾਰੀ ਕੇਵਲ 111 ਗੇਂਦਾਂ 'ਚ ਖੇਡੀ। ਉਹ ਆਖਰੀ ਦਮ ਤੱਕ ਅਜੇਤੂ ਰਹੀ। ਉਸਦੇ ਨਾਲ ਹਰਲੀਨ ਦਿਓਲ ਅਤੇ ਸ਼੍ਰੀਮਤੀ ਮੰਦਾਨਾ ਨੇ ਵੀ ਅਹਿਮ ਪਾਰੀਆਂ ਖੇਡੀਆਂ। ਇੰਗਲੈਂਡ ਦੇ ਪੰਜ ਪ੍ਰਮੁੱਖ ਗੇਂਦਵਾਜ਼ਾਂ ਨੂੰ ਇੱਕ-ਇੱਕ ਵਿਕਟ ਮਿਲੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਵਿਵਾਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ। ਸਾਥ ਰਿਆਕਾਲ।